ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਭਾਜਪਾ ਸਰਕਾਰ ਦੁਆਰਾ ਤੇਲ ਦੀਆਂ ਕੀਮਤਾਂ 'ਚ 2.5 ਰੁਪਏ ਦੀ ਕਟੌਤੀ ਕੀਤੇ ਜਾਣ ਤੋਂ ਬਾਅਦ ਪੰਜਾਬ ਦੀ ਸਰਕਾਰ ਦੁਆਰਾ ਕੀਮਤਾਂ 'ਚ ਕਟੌਤੀ ਨਾ ਕਰਨ ਦੇ ਮਾਮਲੇ ਨੂੰ ਲੈ ਕੇ ਭਾਜਪਾ ਪ੍ਰਦਰਸ਼ਨ ਤੇ ਉਤਰ ਆਈ ਹੈ। ਦਰਅਸਲ ਭਾਜਪਾ ਦਾ ਆਰੋਪ ਹੈ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਹੈ, ਇਸੇ ਤਰ੍ਹਾਂ ਰਾਜ ਸਰਕਾਰ ਨੂੰ ਵੀ ਕਟੌਤੀ ਕਰਨੀ ਚਾਹੀਦੀ ਹੈ, ਲੇਕਿਨ ਰਾਜ ਸਰਕਾਰ ਇਸ ਮਾਮਲੇ ਵੱਲ ਕੋਈ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਪੰਜਾਬ ਵਿੱਚ ਤੇਲ ਦੀਆਂ ਕੀਮਤਾਂ ਜ਼ਿਆਦਾ ਨੇ। ਮੋਦੀ ਜੀ ਦੀ ਸਰਕਾਰ ਨੇ 5 ਰੁਪਏ ਪੈਟਰੋਲ ਡੀਜ਼ਲ ਦੇ ਪ੍ਰਾਈਸ 'ਚ ਘਟਾਏ ਨੇ, ਔਰ ਉਹਦੇ ਵਿੱਚ ਜਿਹੜਾ 2.5 ਰੁਪਏ ਸ਼ੇਅਰ ਕੇਂਦਰ ਸਰਕਾਰ ਨੇ ਦਿੱਤਾ ਹੈ, ਔਰ 2.5 ਰੁਪਏ ਸ਼ੇਅਰ ਲਗਭਗ ਸਾਰੀਆਂ ਸਟੇਟ ਸਰਕਾਰਾਂ ਦੇ ਰਹੀ, ਪਰ ਦੁਰਭਾਗਿਆ ਜਿੱਥੇ ਬੀਜੇਪੀ ਸ਼ਾਸਿਤ ਸਾਰੇ ਹੀ ਪ੍ਰਦੇਸ਼ਾਂ ਦੇ ਅੰਦਰ ਦਾਮ ਘਟਿਆ ਵੈ, ਲੇਕਿਨ ਦੁਰਭਾਗਿਆ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਪਣਾ ਸ਼ੇਅਰ ਨਹੀਂ ਘਟਾ ਰਹੀ। ਅਸੀਂ 70 ਰੁਪਇਆਂ 'ਚੋਂ 2.5 ਰੁਪਏ ਘਟਾ ਦਿੱਤੇ, ਔਰ ਜਿਸ ਆਦਮੀ ਨੂੰ 32-33 ਰੁਪਈਏ ਇੱਕ ਲੀਟਰ 'ਚ ਟੈਕਸ ਆ ਰਿਹਾ, ਉਹ 1 ਪੈਸਾ ਨਹੀਂ ਘਟਾ ਰਹੇ। ਮੈਂ ਯਾਦ ਕਰਾਉਣਾ ਚਾਹੁੰਦਾ ਜਾਖੜ ਸਾਹਿਬ ਨੂੰ, ਅੱਜ ਤੋਂ 15 ਦਿਨ ਪਹਿਲਾਂ ਗੱਡੇ 'ਤੇ ਬਹਿ ਕੇ ਉਹਨਾਂ ਨੇ ਜਲੂਸ ਕੱਢਿਆ ਸੀ, ਅੱਜ ਲੋੜ ਹੈ ਜਾਖੜ ਸਾਹਿਬ ਜਲੂਸ ਕੱਢਣ ਦੀ ਕੈਪਟਨ ਸਾਹਿਬ ਦਾ, ਅੱਜ ਜਾਖੜ ਸਾਹਿਬ ਲੋੜ ਹੈ ਗੱਡੇ 'ਤੇ ਬਹਿ ਕੇ ਕੈਪਟਨ ਸਾਹਿਬ ਦੇ ਘਰ ਮਾਰਚ ਕਰਨ ਦੀ, ਕਿਉਂਕਿ ਕੈਪਟਨ ਸਾਹਿਬ ਪਟਿਆਲੇ ਦੇ ਰਾਜਾ ਬਣ ਕੇ ਹੱਥ ਧਰਮਿਤਾ ਤੇ ਰਾਜ ਧਰਮਿਤਾ ਤੇ ਤਾਨਾਸ਼ਾਹੀ ਰਵੱਈਏ ਤੇ ਅਡਿੱਗ ਹੋ ਗਏ ਨੇ। ਇਸ ਪਿੱਛੇ ਉਹ ਤੁਰੰਤ ਜਿਹੜਾ ਸ਼ੇਅਰ ਪੰਜਾਬ ਦਾ ਹੈ, ਵੈਸੇ ਤੇ ਪੰਜਾਬ ਦਾ ਸ਼ੇਅਰ 32-33 ਰੁਪਇਆਂ 'ਚੋਂ ਘੱਟ ਤੋਂ ਘੱਟ 10 ਰੁਪਏ ਘਟਾਉਣਾ ਚਾਹੀਦਾ ਜੇ ਰੇਸ਼ੋ ਵਾਈਜ਼ ਸੈਂਟਰ ਟੈਕਸ ਨੂੰ ਦੇਖੀਏ ਤੇ, ਲੇਕਿਨ ਘੱਟ ਤੋਂ ਘੱਟ ਜਿਹੜਾ ਸਾਰੀਆਂ ਸਟੇਟਾਂ ਨੇ 2.5 ਰੁਪਏ ਘਟਾਇਆ ਉਹ ਤੇ ਘਟਾਉਣਾ ਹੀ ਚਾਹੀਦਾ ਸੀ। ਦੂਜਾ, ਮਨਪ੍ਰੀਤ ਬਾਦਲ ਵਾਅਦਾ ਕਰਕੇ ਆਏ ਸੀ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਦੀ ਜਿਹੜੀ ਇਸ ਰੀਜਨ ਦੇ ਫਾਈਨਾਂਸ ਮਿਨਿਸਟਰ ਦੀ ਮੀਟਿੰਗ ਦੇ ਅੰਦਰ ਕਿ ਮੈਂ ਟੈਕਸ ਦਾ ਰੇਟ ਘਟਾਵਾਂਗਾ। ਜਿਹੜਾ ਡਿਫਰੈਂਸ ਹੈਗਾ ਚੰਡੀਗੜ੍ਹ ਦਾ ਔਰ ਪੰਜਾਬ ਦਾ, ਜਿਹੜਾ ਡਿਫਰੈਂਸ ਹੈਗਾ ਹਰਿਆਣੇ ਦਾ ਔਰ ਪੰਜਾਬ ਦਾ, ਉਹ ਮੈਂ ਘਟਾਵਾਂਗਾ, ਉਹ ਵੀ ਨਹੀਂ ਘਟਿਆ। ਸੋ ਨੀਡ ਹੈ ਘੱਟ ਤੋਂ ਘੱਟ 10 ਰੁਪਈਏ ਲੀਟਰ ਪੈਟਰੋਲ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਘਟਾਵੇ ਔਰ ਜਨਤਾ ਨੂੰ ਰਾਹਤ ਮਿਲੇ, ਔਰ ਉਹ ਜਿਹੜੇ ਜਾਖੜ ਸਾਹਿਬ ਔਰ ਕਾਂਗਰਸ ਦੇ ਜਿਹੜੇ ਬਛਿੰਦੇ ਅੱਜ ਤੋਂ 15 ਦਿਨ ਪਹਿਲੇ ਪ੍ਰਦਰਸ਼ਨ ਕਰ ਰਹੇ ਸੀ, ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਗਲੀ ਗਲੀ 'ਚ ਜਾ ਕੇ ਕੈਪਟਨ ਦਾ ਪੁਤਲਾ ਸਾੜੋ, ਅੱਜ ਗੱਡਿਆਂ 'ਤੇ ਬਹਿਣ ਦੀ ਲੋੜ ਹੈ, ਕਿਉਂਕਿ ਹੱਠ ਧਰਮ ਸਰਕਾਰ ਜਨਤਾ ਦੇ ਨਾਲ ਧੋਖਾ ਕਰ ਰਹੀ। ਅਸੀਂ ਪੰਜਾਬ ਦੇ ਅੰਦਰ ਪੰਜਾਬ ਦਾ ਸ਼ੇਅਰ ਘਟਾਉਣ ਵਾਸਤੇ ਜਨ ਅੰਦੋਲਨ ਚਲਾਵਾਂ। ਸਾਂਝ ਟੀਵੀ ਲਈ ਅੰਮ੍ਰਿਤਸਰ ਤੋਂ ਸਨੀ ਸਹੋਤਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।